फिर भी वेख लिया ना कंडे के शेर जा सुता, तो फिर भी कहें गुरु जी तेरा फाणा मिठा लग गए है, तो साडा गुरु प्यो है गया, तो असी उन्हों छड़ कि दे एक माजन के पिछे वो पैरी तो भुखा है, गुरु का तो नहीं भुखा, असी तो गुरु के भुखे है। सानू तो गुरु प्यो सानू चाहिए है, असी होर कुछ नहीं, असी भावे सानू जान देनी पे कुरबानी करानी पे असी करा दे, सिर दे देवे शीश दे देवे, साडा गुरु नहीं जाना चाहिए, असी तो गुरु जी हथे रखना है। माता जी चलो तुसी कहना सेतिया तो अलग हो गया, दर्शन मोठा वाला श्रोमणी कमेटी जिन्हों का फर्ज बनता जी पिंडां च जाके गुरु घर बनाउणे, अज उसने गार ते नहीं लैण के ते तुहानू इन्ना डराया, बाकी तुहाडे ते गुरु की बख्शिश होई, तुसी डरे नहीं गे, हाँ जी ते तेरिया अखां दे विच हंझू आ रहे ने, ये पापियां दे इन्ने दिल पत्थर ने, तुहाडे ते पूरा तरस नहीं कर रहे। गुरु जी चकना है उस दिन दस वेख लो, मेरे मन च कोई ग्राही जांदी है नहीं जांदी, तां आखदे मेरे सच्चे पातशाह तू सानू ना छड्डी, असीं तैनू नहीं छड्डने आ, ते गुरु जी साडे हौसले, असी तेरे हौसले नाल असी टुरे फिरना, महाराज जी सच्चे पातशाह मेरे कलंगियां वाले आ, तू ना सानू छड्डी, असी नहीं तैनू छड्डना, कलंगियां वाले तू क्या चला, साडा कोई नहीं हैगा, कलंगियां वाले सानू ना तू छड्डी, ते असी नहीं छड्डना गुरु साडा, असी नहीं गुरद्वारा नहीं चिकन देने, दरबार साहब असी नहीं चाम देना, भावें सानू सारा नू मार देना, ते असी नहीं छड्डना गुरुद्वारा, ये गुरुद्वारे का नहीं सचावन देना, ਭਾਵੇਂ ਸਾਨੂੰ ਸਾਰਿਆਂ ਨੂੰ ਲੈ ਜਾਣ, ਫੜ ਤੇ ਲੈ ਜਾਣ, ਕਿ ਮਰਜ਼ੀ ਸਾਡੇ ਨਾਲ ਕਰ ਲਵੋ, ਸਰਕਾਰ ਇਹ ਜੀ ਹੈਗੀ ਉਹਦੇ ਇੱਕਦਮ ਮਗਰ ਲੱਗ ਤੇ, ਗੁਰੂ ਨੇ ਨਹੀਂ ਸੋਚਦੇ, ਜੇ ਇਹਨੇ ਕਿਸੇ ਨੂੰ ਮੰਨਦੇ ਗੁਰੂ ਨੂੰ ਇਹ ਨਹੀਂ ਮੰਨਦੇ ਕਿਹੜੇ ਆਏਗੇ ਇਹਨੇ, ਜੋ ਕਦੇ ਅਕਾਲ ਕਹਿੰਦੇ ਵੀ ਕਮੇਟੀਆਂ ਵਾਲੇ, ਜੇ ਸਾਡਾ ਕਿਸੇ ਤਾਂ ਨਹੀਂ ਉਹਨਾਂ ਗੁਰੂ ਮੰਨਣੇ ਸੋਚਿਆ, ਅਸੀਂ ਗੁਰੂ ਦੇ ਵੇਖ ਲਏ ਰਾਤ ਦਿਨ, ਗੁਰੂ ਦਾ ਇੰਨਾ ਸਾਨੂੰ ਕਦਰ ਮਾਣ ਅਸੀਂ ਕੀਤਾ, ਗੁਰੂ ਦਾ ਰਾਤ ਦਿਨ ਸਾਨੂੰ ਬਾਗਾਂ ਬਾਗ ਲੱਗੇ ਖੜਨਗੇ, ਰਾਤ ਦਿਨ ਅਸੀਂ ਐਡੇ ਨਾ, ਅਸੀਂ ਅੱਗੇ ਕਿਹਾ ਵੀ ਅੱਜ ਆਪਾਂ ਨਾ ਹੁਣ ਅੱਜ ਤੋਂ ਲੈ ਤੇ ਆਪਾਂ ਮਹੀਨਾ ਹੋਵੇ ਕੋਈ, ਆਪਾਂ ਦਿਨ ਬਾਅਦ ਲੰਗਰ ਕੀਤਾ ਕਰੀ, ਸੰਗਤ ਵੀ ਖਾਵੇ ਆਪਾਂ ਵੀ ਖਾਈਏ, ਤੇ ਆਪਣਾ ਵਧੇ ਇੱਥੋਂ ਕੰਮ। ਚਲੋ ਠੀਕ ਹੈ ਮਾਤਾ ਜੀ, ਕੋਈ ਨਹੀਂ, ਮਹਾਰਾਜ ਤੁਹਾਡੇ ਨਾਲ ਹੈ, ਡਟੇ ਰਹੋ। ਇਹ ਪਿੰਡ ਬਾਦਲ ਕੀ ਹੈ, ਮਾਤਾ ਬਾਦਲ ਕੀ ਦੀ, ਮਾੜਾ ਤੁਹਾਨੂੰ ਦੱਸ ਦਈਏ, ਇਹ ਚਲੋ ਵੀਡੀਓ ਵੇਖਿਆ ਜੇ, ਤੇ ਅਵਸਰਾਂ ਨੂੰ ਮੈਂ ਕਹਿੰਦਾ ਵੀ ਇਹਦੇ ਮਾਤਾ ਦੇ ਹੰਝੂ ਵੇਖ ਲਓ, ਇੱਕ ਬੰਦੇ ਦੇ ਪਿੱਛੇ ਲੱਗੇ ਜੇ, ਜਿਹੜਾ ਬੰਦਾ ਇੱਕ ਹਿੰਦੂ ਧਰਮ ਦੇ ਵਿੱਚੋਂ ਹੈਗਾ, ਅਤੇ ਪਿਆਰੋ ਸ਼ਾਇਦ ਉਹਦੇ ਪਿੱਛੇ ਹੋਰ ਵੀ ਕੋਈ ਰਾਜ ਹੋਵੇ, ਜਿਹੜੀ ਇੰਨੀ ਫੋਰਸ ਇੱਥੇ ਆ ਰਹੀ ਹੈ, ਅਤੇ ਇਸ ਕਰਕੇ ਖਾਲਸਾ ਜੀ ਸਾਰਾ ਪਿੰਡ ਅੱਜ ਘੇਰੀ ਰੱਖਿਆ ਇਹਨਾਂ ਨੇ, ਫੋਰਸ ਨੇ ਜ਼ਬਰਦਸਤੀ ਕੀਤੀ, ਪਰ ਅੱਜ ਮਾਤਾ ਜਿਹੜੀ ਇੱਥੇ ਰੋ ਰਹੀ, ਇਹਦਾ ਰੋਣਾ ਜਿਹੜਾ ਹੈ ਇਹ ਬਹੁਤ ਸਾਡਾ ਵੀ ਮਨ ਜਿਹੜਾ ਸਾਡਾ ਕਬੂਲ ਕਰਨ, ਰੋਣਾ ਵੀ ਕਬੂਲ ਕਰਨ ਸਾਡਾ, ਸਰਕਾਰ ਕਰੇ, ਕਿਉਂ ਇਹਦੇ ਇੱਕਦਮ ਮਗਰ ਉਹਨੇ, ਅਸੀਂ ਜਾਂਦੇ ਸੀ ਨਾ ਮੰਗਣ ਕਦੀ ਸੇਵਾ, ਵੀ ਅਸੀਂ ਸੇਵਾ ਲੈਣੀ ਹੈ, ਚੱਲ ਆਉਂਦਾ ਸੀ ਮੈਂ ਉਦੋਂ ਪਾਇਆ, ਸਾਨੂੰ ਸੇਵਾ ਨਹੀਂ ਦਿੰਦਾ ਸੀ ਸਾਨੂੰ ਇਹ ਦਿਲ, ਕਿੱਥੋਂ ਉਹਦਿਨ ਸਰਕਾਰ ਕਹਿੰਦੀ ਸੀ ਤੁਸੀਂ ਇੱਕ ਜਾ ਤੇ ਬੰਦੇ ਜਾ ਤੇ ਮਿੰਨਤ ਕਰ ਲੈਣੀ ਸੀ, ਸਾਡੀ ਮਿੰਨਤ ਕਿੱਥੋਂ ਮੰਨੇ ਆ, ਅਤੇ ਸਾਨੂੰ ਉੱਥੇ ਬੁਲਾਉਂਦਾ ਹੀ ਨਹੀਂ, ਦਿੰਦਾ ਹੀ ਨਹੀਂ ਕੁਛ, ਅਤੇ ਅਸੀਂ ਤਾਂ ਕਿਵੇਂ ਆਉਂਦੇ ਨਹੀਂ, ਨਾ ਸਾਡੀ ਹੈ ਨਾ ਆਉਂਦੀ ਹੈ, ਗੁਰੂ ਦੀ ਥਾਂ ਹੈ। ਚਲੋ ਠੀਕ ਮਾਤਾ ਜੀ, ਗੁਰੂ ਸਾਹਿਬ ਅੱਗੇ ਅਰਦਾਸ ਕਰੋ, ਮਹਾਰਾਜ ਤੁਹਾਡੇ ਨਾਲ ਹੈ, ਮਹਾਰਾਜ ਜੀ ਚੌਂਕੜਾ ਲਾ ਕੇ ਬੈਠ ਕੇ ਹੁਣ ਨਹੀਂ ਜਾਣਗੇ, ਅੱਜ ਇਹਨਾਂ ਨੇ ਅੱਜ ਭਜਾਏ ਨੇ ਪੁਲਿਸ ਵਾਲੇ ਦੇ ਮੁੱਠਾਂ ਵਾਲੀਆਂ ਭਜਾਇਆ, ਅੱਜ ਇੱਥੇ ਆਇਆ ਸੀ ਤੇ ਫਿਰ ਭੱਜ ਕੇ ਗਿਆ ਨਾ, ਅਮਲੀ ਸਰੂਪ ਲੈਣ ਆਇਆ ਸੀ ਤੁਹਾਡੇ ਕੋਲੋਂ, ਆਇਆ ਸੀ ਤੇ ਫਿਰ ਭੱਜਿਆ ਪਿੰਡ ਦੇ ਅੱਗੇ ਲੱਗ ਕੇ, ਨਹੀਂ ਬੋਲਦਾ ਸੀ, ਆਉਂਦਾ ਸੀ ਮੈਂ ਚਕਾ ਤੇ ਅੰਦਰ ਕਬਜ਼ਾ ਕਰਾ ਤੇ ਜਾਣਾ, ਸਮਾਨ ਰਖਾ ਤੇ ਜਾਣਾ, ਉਹਨੂੰ ਇੰਨਾ ਪਤਾ ਸੀ ਵੀ ਮੈਂ ਰਖਾ ਲਵਾਂਗਾ ਸਮਾਨ, ਫਿਰ ਅੱਜ ਗਿਆ ਇੱਥੋਂ ਭੱਜ ਦਾ, ਨਾ ਸਮਾਨ ਅਸੀਂ ਨਹੀਂ ਗੁਰਦੁਆਰਾ ਨਹੀਂ ਚੱਕਣ ਦੇਣਾ, ਮਹਾਰਾਜ ਨਹੀਂ ਚੱਕਣ ਦੇਣਾ, ਇਹ ਸਾਡਾ ਗੁਰੂ ਹੈਗਾ, ਇਹ ਕਲੰਗੀਆਂ ਵਾਲਾ ਸਾਡਾ ਆਪ ਗੁਰੂ ਪਿਓ ਹੈ, ਅਸੀਂ ਨਹੀਂ ਚੱਕਣਾ, ਭਾਵੇਂ ਸਾਨੂੰ ਸਾਰਿਆਂ ਨੂੰ ਉੱਥੇ ਆਪਾਂ ਤਾਂ ਬੈਠਾ ਸਾਨੂੰ ਮਾਰ ਦੇਵਣ, ਅਸੀਂ ਨਹੀਂ ਚੱਕਣ ਦੇਣਾ, ਅਸੀਂ ਨਹੀਂ ਕਬਜ਼ਾ ਕਰਨ ਦੇਣਾ, ਅਸੀਂ ਗੁਰੂ ਦਾ ਹੌਸਲੇ ਨਾਲ ਅਸੀਂ ਬੈਠੇ ਹਾਂ, ਅਸੀਂ ਤਾਂ ਹੁਣ ਵੀ ਬੈਠੇ ਹਾਂ, ਰਾਤ ਵੀ ਬਵਾਂ ਦੇ, ਦਿਨ ਵੀ ਬਵਾਂ ਦੇ, ਸਾਨੂੰ ਮਾਰ ਦੇਣਾ ਤੇ